ਲਓ ਮਿੱਤਰੋ ਬਾਈ ਆਇਆ ਸੀ ਆਪਣੇ ਕੋਲ ਮਲੇਰ ਕੋਟਲੇ ਤੋਂ 우ਮੈਦ हसन ਤੇ ਪਹਿਲਾਂ ਵੀ ਬਾਈ ਤੋਂ ਆਪਾਂ ਮਸਾਲੇ ਮਸੂਲੇ ਬਣਾਉਂਦੇ ਰਹਿੰਨੇ ਆ ਤੇ ਅੱਜ ਵੀ ਮਸਾਲਾ ਆਪਾਂ ਨੇ ਘੋੜੀਆਂ ਵਾਸਤੇ ਵੀ ਬਣਵਾਇਆ ਤੇ ਮੱਜਾਂ ਵਾਸਤੇ ਵੀ ਤੇ ਬਾਈ ਮੈਨੂੰ ਕੱਲੀ ਕੱਲੀ ਚੀਜ਼ ਦਾ ਨਾ ਮਤਲਬ ਗੁਣ ਦੱਸੀ ਜਾਂਦਾ ਸੀ ਵੀ ਇਹ ਮਸਾਲਾ ਇਹ ਚੀਜ਼ ਵਾਸਤੇ ਚੰਗਾ ਤੇ ਤੁਹਾਡੇ ਨਾਲ ਆ ਸੋਚਿਆ ਵੀ ਸ਼ੇਅਰ ਜ਼ਰੂਰ ਕੀਤੀ ਜਾਵੇ ਗੱਲ ਬਾਕੀ ਮੈਂ ਬਾਈ ਦਾ ਨੰਬਰ ਵੀ ਤੁਹਾਨੂੰ ਦੇ ਦੂੰ ਕਿਸੇ ਨੇ ਸਲਾਹ ਲੈਣੀ ਹੋਵੇ ਜਾਂ ਮਸਾਲਾ ਬਣਵਾਉਣਾ ਹੋਵੇ ਤਾਂ ਬਾਈ ਨੂੰ ਫੋਨ ਕਰ ਲਿਓ ਤੁਸੀਂ ਕਿਉਂਕਿ ਬਾਈ ਕੋਲ ਗੱਡੀ ਆ ਬਈ ਤਕਰੀਬਨ ਪੰਜਾਬ ਹਰਿਆਣਾ ਸਾਰੀ ਕੋਲ ਹਰਿਆਣਾ ਬਈ ਪੰਜਾਬ ਰਾਜਸ ਠੀਕ ਹੈ ਭਾਈ ਹਾਂਜੀ ਸਾਰੇ ਕਿਤੇ ਘੁੰਮਦੇ ਹੋ ਜੀ ਸਾਰੇ ਘੁੰਮਦੇ ਜੀ ਠੀਕ ਹੈ ਭਾਈ ਭਾਈ ਉਮੇਦ ਜੀ ਜਿਵੇਂ ਤੁਸੀਂ ਨੇ ਪਹਿਲਾਂ ਮੈਨੂੰ ਸਮਝਾਇਆ ਸਾਰਾ ਸਿਸਟਮ ਹਣਾ ਇੱਕ ਵਾਰ ਉਹ ਸਾਰੇ ਮਿੱਤਰਾਂ ਨੂੰ ਆਪਣੇ ਨੂੰ ਸਮਝਾ ਦੋ ਕਿਉਂਕਿ ਮੱਝਾਂ ਗਾਵਾਂਾਂ ਦੀ ਬਹੁਤ ਪ੍ਰੋਬਲਮ ਆ ਜਾਂਦੀ ਜਿਵੇਂ ਤੁਸੀਂ ਦੱਸ ਰਹੇ ਸੀ ਕਿਸ ਨੂੰ ਹੀਟ ਨਹੀਂ ਆਉਂਦੀ ਮੱਝ ਨੂੰ ਵੀ ਸਹੀ ਜਾਂ ਘੋੜੀ ਨੂੰ ਨਹੀਂ ਹੀਟ ਆਉਂਦੀ ਹੈਗੀ ਵੀ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਵਰਤਦੇ ਆਂ ਤੇ ਕਿਸ-ਕਿਸ ਚੀਜ਼ ਵਾਸਤੇ ਚੰਗੀਆਂ ਰਹਿੰਦੀਆਂ ਨੇ ਇਹ ਵੀਰ ਜੀ ਇਹ ਸਾਰੀਆਂ ਚੀਜ਼ਾਂ ਮੈਂ ਦੱਸਾਂਗਾ ਇਹਨਾਂ ਦੇ ਨਾਂ ਵੀ ਦੱਸਾਂਗਾ ਗੁਣ ਵੀ ਦੱਸਾਂਗਾ ਜੀ ਕੱਲੀ-ਕੱਲੀ ਚੀਜ਼ ਆਪਾਂ ਦਾ ਸੀ ਜਾਂਦੇ ਆਂ ਜੀ ਆਹ ਹੁੰਦੀ ਐ ਨੀ ਹੜਣਾ ਜੀ ਅੱਛਾ ਭਾਈ ਇਹ ਹੁੰਦੀ ਜੀ ਹੜਣਾ ਹੂੰ ਇਹ ਲੀਵਰ ਮੈਦ ਨੂੰ ਸੈਟ ਰੱਖਦੀ ਜੀ ਜੀ ਭਾਈ ਲੀਵਰ ਮੈਦਾ ਜਿਸ ਪਸ਼ੂ ਦਾ ਸੈਟ ਰਹੂਗਾ ਉਹ ਪਸ਼ੂ ਕਦੀ ਬਿਮਾਰ ਨਹੀਂ ਹੁੰਦਾ ਜੀ ਹੂੰ ਇਹ ਬੰਦਾ ਭਾਵੇਂ ਪਸ਼ੂ ਆ ਹਾਂ ਜੀ ਹਾਂ ਜੀ ਇਹ ਹੁੰਦਾ ਜੀ ਜੀਰਾ ਡੰਡੀ ਹਾਂ ਇਹ ਸਾਈਨਿੰਗ ਵਾਸਤੇ ਹਾਜਮੇ ਵਾਸਤੇ ਜੀ ਅੱਛਾ ਜੀ ਇਹ ਸਰਨਾਏ ਦੇ ਪੱਤੇ ਹੁੰਦੇ ਆ ਇਹਦੇ ਨਾਲ ਬੰਨ ਨਹੀਂ ਪੈਂਦਾ ਜੀ ਲੀਤ ਦਾ ਘੋੜੀਆਂ ਦੇ ਠੀਕ ਆ ਭਾਈ ਇਹ ਹੋ ਗਿਆ ਜੀ ਆਪਣਾ ਬਏ ਤੋਤਰੀ ਇਹ ਭੂਖ ਬਤਾਵੇਗਾ ਜੀ ਇਹ ਹੋ ਗਈ ਜੀ ਆਪਣਾ ਕਿਆ ਨਾਮ ਲੈ ਕੇ ਮਰੋੜ ਫਲੀ ਜਿਹੜਾ ਪਸ਼ੂ ਦੇ ਲੀਦ ਨਾਲ ਪਾਣੀ ਆਣ ਲੱਗਦਾ ਜੀ ਇਹ ਉਸਮੇ ਕੰਮ ਕਰਦਾ ਪਾਣੀ ਮਾਰਦੀ ਹੈ ਹਾਂਜੀ ਹਾਂਜੀ ਇਹ ਕੋੜ ਤੁੰਬੇ ਹੋ ਗਏ ਜੀ ਇਹ ਮਸਾਲੇ ਦੀ ਜਾਨ ਹੈ ਸਾਰੀ ਕਿਸਾਨ ਭਰਾ ਸਭੀ ਜਾਣਦੇ ਨੇ ਇਹਨਾਂ ਨੂੰ ਹੂੰ ਇਹ ਕੋੜ ਤੁੰਬੇ ਬਾਏ ਬਾਦੀ ਤੋਂ ਹੁੰਦੇ ਢੀਡ ਦੀ ਸਪਾਈ ਰੱਖਦੇ ਨੇ ਹੂੰ ਇਹ ਪਲਾਵਾ ਹੋ ਗਿਆ ਜਿਹੜਾ ਪਸ਼ੂ ਹੇਠ ਤੇ ਨਹੀਂ ਆਉਂਦਾ ਘੋੜੀ ਹੇਠ ਤੇ ਨਹੀਂ ਆਉਂਦੀ ਜੀ ਇਹ ਕੋੜਾ ਸਖ ਹੈ ਜਿਵੇਂ ਕੀੜੇ ਜੂਨ ਮਲਫ ਹੋ ਜਾ ਲੀਦ ਖਾਣ ਲੱਗੇ ਪੁੰਚ ਕੇ ਬਾਲ ਖਾਵੇ ਮਿੱਟੀ ਚਾਟੇ ਘੋੜੀ ਇਸਮੇ ਕੰਮ ਕਰੇ ਜੀ ਇਹ ਬਿਲਾਦੀ ਗੋਦਾ ਜੀ ਇਹਦੇ ਨਾਲ ਗਰਮੀ ਨਹੀਂ ਮਾਨਦੀ ਹੌਂਕਦੀ ਨਹੀਂ ਸਾਂ ਨਹੀਂ ਚੜਦਾ ਕਮਰ ਲਿੱਦੀ ਨਹੀਂ ਹੁੰਦੀ ਜੀ ਠੀਕ ਹੈ ਬਈ ਇਹ ਠੀਕਰੀ ਨਹੀਂ ਛੱਡਦਾ ਰਹੀ ਜੀ ਢਿੱਡ ਦੀ ਸਪਾਈ ਰੱਖੇ ਜੀ ਹੂੰ ਇਹ ਹੋਗੇ ਜੀ ਅੰਬਾ ਹਲਦੀ ਇਹ ਇਨਫੈਕਸ਼ਨ ਨੂੰ ਕੰਮ ਕਰਦੀ ਜੀ ਹੂੰ ਇਹ ਸਮੁੰਦਰ ਚ ਆਗੇਗੀ ਜੀ ਅੱਛਾ ਇਹ ਗਰੋਥ ਵਾਸਤੇ ਹੁੰਦੀ ਜੀ ਅੱਖ ਜੇ ਗਿੱਦ ਨਹੀਂ ਆਉਂਦੀ ਆ ਸਤਾਵਰ ਹੈ ਜੀ ਹੱਡਾਂ ਨੂੰ ਮਜ਼ਬੂਤ ਕਰੂਗੀ ਤਾਕਤ ਵਾਸਤੇ ਹੁੰਦੀ ਜੀ ਜੀ ਇਹ ਅਜਵੈਨ ਹੈ ਜੀ ਗੰਦ ਮਿੱਟੀ ਨਹੀਂ ਚਾਟਦੀ ਜੀ ਹੂੰ ਹਾਜਮਸੀ ਰੱਖੇ ਇਹ ਅਨਾਰ ਦਾ ਛਿਲਕਾ ਜਿਹੜੀ ਕੋੜੀ ਦੇ ਮੋਕ ਲੱਗ ਜਾਂਦੀ ਜੀ ਠੀਕ ਹੈ ਜੀ ਇਹ ਹੋ ਗਿਆ ਜੀ ਆਪਣਾ ਆਸ਼ਵ ਗੰਦਾ ਜੀ ਹੂੰ ਇਹ ਗਾਈਆਂ ਮੱਝਾਂ ਦਾ ਦੁੱਧ ਬਦਾਨ ਦਾ ਵੀ ਕੰਮ ਕਰਦਾ ਤੇ ਵੈਸੇ ਤਾ ਗੱਤਾ ਕੰਮ ਕਰਦਾ એનર્ਜੀ ਆਸਤੇ ਐਕਟਿਵ ਰਹਿੰਦਾ ਪਸ਼ੂ ਇਹਦੇ ਨਾਲ ਠੀਕ ਹੈ ਭਾਈ ਇਹ ਹੈਗਾ ਜੀ ਜੋ ਖਾਰ ਜਿਹੜਾ ਪਸ਼ੂ ਲੋਹ ਮੋਦਾ ਪਿਸ਼ਾਬ ਦਾ ਬਲ ਪੈ ਜਾਂਦਾ ਇਹ ਉਸ ਵਿੱਚ ਕੰਮ ਕਰੇ ਜੀ ਇਹ ਕੜੂਕਾਲੀ ਜੀਰੀ ਕਹਿੰਦੇ ਜੀ ਜਿਸ ਨੂੰ ਇਹ ਹੋਂਦੀ ਜ਼ੇਰਬਾਦ ਤੋਂ ਗਾਈਆਂ ਮੱਝਾਂ ਤੇ ਜ਼ੇਰਬਾਦ ਨੂੰ ਕੰਮ ਕਰਦਾ ਘੋੜੀਆਂ ਤੇ ਜਿਵੇਂ ਗਿੱਟੇ ਸੂਜ ਜਾਂਦੇ ਪੁੱਟਾ ਭਰ ਜਾਂਦੀ ਏ ਉਸਮੇ ਕੰਮ ਕਰੇ ਜੀ ਠੀਕ ਹੈ ਜੀ ਪੁੱਟਾ ਤਾਂ ਗੱਲ ਹੀ ਆਦਾਈ ਆਪਾਂ ਕਿੰਨੇ ਪਾਣੀ ਭਰਾ ਹੋ ਗੋਡਾਂ ਚ ਹਾਂ 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 ਡਾਕਟਰ ਫੇਲ ਹੋ ਗਏ ਹੋ ਹੂੰ ਉਹਦਾ ਇਲਾਜ ਮੈਂ ਕਰ ਦਿੰਦਾ ਜੀ ਅੱਛਾ ਉਦੋਂ ਆਪਦਾ ਚਰਬਾ ਭਰਾ ਆ ਉਹ ਮਸਾਲੇ ਨਾਲ ਲਈ ਦੂਜੀ ਦਵਾਈ ਬਣਦੀ ਜੀ ਉਹਦੀ ਅੱਛਾ ਜੀ ਹਾਂ ਕਿੰਨਾ ਹੀ ਪਾਣੀ ਭਰਾ ਹੋ ਜਿਹੜਾ ਕੋੜਾ ਜਾਮ ਹੋ ਗਿਆ ਉਹ ਪੁੱਟ ਭਰ ਰਹੀਆਂ ਪੂਰਾ ਪਾਣੀ ਹੈਗਾ ਹੂੰ ਬਿਲਕੁਲ ਠੀਕ ਕਰ ਦਾਂਗੇ ਆਪਾਂ ਠੀਕ ਹੈ ਭਾਈ ਇਹ ਹੈਗਾ ਜੀ ਕੜੂ ਕੜੂ ਇਹ ਦਰਦਾਸਤ ਹੁੰਦਾ ਜੀ ਇਹ ਪਨੀਰ ਡੋਡੀ ਹੁੰਦੀ ਜਿਵੇਂ ਬਗਲੀਆਂ ਨਿਕਲ ਜਾਂਦੀ ਕਚਰਾਲੀ ਹੋ ਜਾਂਦੀ ਹਾਂ ਹਾਂ ਇਹ ਮੇਥੇ ਜੀ ਬਾਏ ਮੇ ਕੰਮ ਕਰਦੇ ਜੀ ਹੂੰ ਇਹ ਤਾਰਾ ਮੇਰਾ ਜੀ ਚਮਕਾਸਤ ਹੁੰਦਾ ਪਸ਼ੂ ਇਹ ਸੁੱਕਾ ਔਲਾ ਹੈਗਾ ਜੀ ਭੂਖ ਬਦਾਵੇਗਾ ਦਿਲ ਦਿਮਾਗ ਨੂੰ ਤਾਕਤ ਦੇਵੇਗਾ ਜੀ ਇਹ ਫਟਕੜੀ ਹੈਗੀ ਜੀ ਮੂੰਹ ਤੇ ਛਾਲੇ ਨਹੀਂ ਪਿੰਦੇ ਠੀਕ ਹੈ ਬਈ ਇਹ ਕਾਲਾ ਲੂਣ ਹੈ ਜੀ ਪਾਣੀ ਪੂਣੀ ਚੰਗਾ ਪੀ ਲੈਂਦਾ ਪਸ਼ੂ ਇਹਦੇ ਨਾਲ ਇਹ ਹੋ ਗਿਆ ਜੀ ਕਾਲਾ ਬਾਂਸਾ ਜਿਹੜਾ ਪਸ਼ੂ ਖੰਗਦਾ ਜੀ ਤੰਸਦਾ ਹੈਗਾ ਜੀ ਇਹ ਸੌਫ ਹੋਗੀ ਜੀ ਹਾਜਮੇ ਆਸਤੇ ਇਹ ਚਰਾਇਤਾ ਹੈਗਾ ਜੀ ਹੱਡਾਂ ਦਾ ਬੁਖਾਰ ਕੱਢ ਦਿੰਦਾ ਜੀ ਕਿੰਨਾ ਹੀ ਬੁਖਾਰ ਹੋਵੇ ਠੀਕ ਹੈ ਬਈ ਇਹ ਹੈਗਾ ਜੀ ਗਲੋ ਬੁਖਾਰ ਵਾਸਤੇ ਹੁੰਦੀ ਇਹ ਵੀ ਗਲੋ ਬੇਲ ਕਹਿੰਦੇ ਨੇ ਹਾਂਜੀ ਗਲੋ ਬੇਲ ਕਹਿੰਦੇ ਜੀ ਇਹ ਮਾਲ ਕੰਗਣੀ ਦਾ ਫੁੱਲ ਹੁੰਦਾ ਜੀ ਜੇ ਮੈਂ ਖੁਰਕ ਦਾ ਫੜ ਪੈ ਜਾ ਗਾਈਆਂ ਮੱਜਾਂ ਦੇ ਥੈਣਾ ਤੇ ਛਿਚੜਾਵੇਂ ਛਿੱਡੀਆਂਵੇਂ ਇਹ ਕੇਸੂ ਦਾ ਫੁੱਲ ਹੈ ਜੀ ਜਿਹੜਾ ਬੱਚੇਦਾਨੀ ਤੇ ਸੋਜ ਆ ਜਾ ਚਰ ਵੀ ਆ ਜਾ ਪਾਣੀ ਦੀ ਗੰਡਾ ਬਣ ਜਾ ਜੀ ਇਹ ਬਿਹੜਾ ਜਿਸ ਤਰ੍ਹਾਂ ਪੱਦਾਣਾ ਖਰਾਕ ਤੋਂ ਪੂਰੀ ਪਾਰੇ ਪਸ਼ੂ ਦਾ ਸਰੀਰ ਨਹੀਂ ਬਣਦਾ ਜੀ ਫਲਾਵਰ ਸਾਈਨਿੰਗ ਨਹੀਂ ਆਉਂਦੀ ਇਸ ਵਿੱਚ ਕੰਮ ਕਰੇ ਇਹ ਸਾਰੀਆਂ ਚੀਜ਼ਾਂ ਦਾ ਆਪਾਂ ਇੱਕ ਮਿਕਸਚਰ ਬਣਾ ਦਿੰਦੇ ਜਿਵੇਂ ਤੁਹਾਨੂੰ ਦਿੱਤਾ ਜੀ ਬਣਾ ਕੇ ਜੀ ਇਹ ਇੱਕ ਮਿਕਸਚਰ ਬਣ ਗਿਆ ਇਹ ਘੋੜੀ ਨੂੰ 100 ਗ੍ਰਾਮ ਪਾਇਆ ਜਾਂਦਾ ਜੀ ਠੀਕ ਹੈ ਬਈ 100 ਗ੍ਰਾਮ ਘੋੜੀ ਨੂੰ ਮਸਾਲਾ ਜ਼ਰੂਰੀ ਚਾਹੀਦਾ ਜੀ ਇੱਕ ਦਿਨ ਚ 100 ਗ੍ਰਾਮ ਹਾਂ ਜੀ 50 ਗ੍ਰਾਮ ਸਵੇਰ ਨੂੰ 50 ਗ੍ਰਾਮ ਸ਼ਾਮ ਨੂੰ ਘੋੜੀਆਂ ਜਿਹੜੀ ਹੁੰਦੀ ਜੀ ਇਹ ਜਗਾਲੀ ਨਹੀਂ ਕਰਦੀ ਠੀਕ ਹੈ ਬਈ ਇਹ ਫੰਕਾ ਦੇ ਨਾਲ ਹজম ਕਰਦੀ ਇਹਦੇ ਦੇ ਨਾਲ ਮਸਾਲੇ ਨਾਲ ਖਾਦਾ ਪੀਦਾ ਹজম ਆ ਜਾਂਦਾ ਠੀਕ ਹੈ ਬਈ ਘੋੜੀ ਦਾ ਢਿੱਡ ਸਹੀ ਰਹੂਗਾ ਲੀਵਰ ਮੇ ਦਾ ਸਹੀ ਰਹੂਗਾ ਘੋੜੀ ਦਾ ਕਦੀ ਕੋਈ ਨੁਕਸ ਨਹੀਂ ਪਊਗਾ ਜੀ ਜੀ ਸਵਸਥ ਰਹੂਗੀ ਘੋੜੀ ਦਾ ਪਾਣੀ ਵੀ ਪੀਓਗੀ ਉਹ ਵੀ ਸਰੀਰ 'ਚ ਲੱਗੂਗਾ ਠੀਕ ਹੈ ਬਈ ਜਦੋਂ ਟੀਡੀ ਸਹੀ ਨਹੀਂ ਹੈਗਾ ਲੀਡ ਸਹੀ ਨਹੀਂ ਕਰਦੀ ਹੈਗੀ ਕਈ ਦੇਖ ਤੁਸੀਂ ਗੋਹਿ ਮੰਗੂ ਲੀਡ ਕਰਦੀਆਂ ਨੇ ਕਈ ਦੇ ਲੀਡ ਤੇ ਬਹੁਤ ਸਮੇਲ ਆਉਂਦੀ ਜੀ ਹੂੰ 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 ਕਈ ਇਸ ਤਰ੍ਹਾਂ ਹੁੰਦਾ ਹੈ ਕਿ ਕਲਡੀਆਂ ਕਰਦੀ ਮਤਲਬ ਕਹਿਣਾ ਹੈਗਾ ਗੁੱਲੇ ਬਣ ਕਹਿਣੇ ਚਾਹੀਦੇ ਲੀਡ ਦੇ ਹਾਂ ਲੱਡੇ ਕਹਿਦੇ ਨੇ ਹਾਂ ਲੱਡੇ ਲੱਡੇ ਬਣ ਕਹਿਣੇ ਚਾਹੀਦੇ ਹੂੰ ਤਾਂ ਘੋੜੀ ਸਮਝ ਲਓ ਠੀਕ ਹੈਗੀ ਜੀ ਜੀ ਘੋੜੀ ਦੇ ਗੇਸਟਿੰਗ ਵਗੈਰਾ ਨਹੀਂ ਬਣਨੇ ਦਿੰਦਾ ਇਹ ਮਸਾਲਾ ਦਰਦ ਨਹੀਂ ਹੋਣ ਦਿੰਦਾ ਬਨ ਨਹੀਂ ਪੈਣ ਦਿੰਦਾ ਪੋਟਾ ਨਹੀਂ ਪਰਦੀ ਕਚਰਾ ਲੀ ਨਹੀਂ ਹੁੰਦੀ ਆੱਖ ਜੱਗ ਦੀ ਨਹੀਂ ਆਉਂਦੀ ਗਾਈਆਂ ਮੱਜਾਂ ਤੋਂ ਪਾਇਦਾ ਇਹ ਫਾਇਦਾ ਹੈਗਾ ਜੀ ਥਣ ਨਹੀਂ ਖੜਦੇ ਭਾਰ ਨਹੀਂ ਪੈਂਦਾ ਥਣਾ ਤੇ ਛਿੱਚੜ ਨਹੀਂ ਆਉਂਦੇ ਪਸ਼ੂ ਦਾ ਬਾਰ ਬਾਰ ਰਿਪੀਟ ਨਹੀਂ ਹੁੰਦਾ ਖਾਦਾ ਪੀਦਾ ਜਮਾਵੇ ਪਸ਼ੂ ਵਿਸ਼ਵਾਸਤ ਰਹੇਵੇ ਜੂ ਛਿੱਚੜ ਨਹੀਂ ਪੰਦੇ ਪਸ਼ੂ ਆਪਣਾ ਜਿਸ ਤਰ੍ਹਾਂ ਗੰਦ ਮਿੱਟੀ ਚਾਟੇ ਹੋਣੀ ਚਾਟਦਾ ਜੀ ਠੀਕ ਹੈ ਭਾਈ ਮਤਲਬ ਗੈਣਦਾ ਜੀ ਪਹਿਲੇ ਬੁਜਰੂਗ ਪਾਉਂਦੇ ਸੀ ਪਹਿਲੇ ਖੁੱਲੇ ਜਾਂਦੇ ਸੀ ਚਰਾਂਦਾ ਤੇ ਜਾਂਉਂਦੇ ਸੀ ਕੁਛ ਨਾ ਕੁਛ ਖਾਈ ਜਾਂਦੇ ਸੀ ਆਹੀ ਜੜੀਆਂ ਜੜੀਆਂ ਬੂਟੀਆਂ ਨੇ ਇਹ ਆਪਣੇ ਆਲੇ ਦੁਆਲੇ ਹੁੰਦੀਆਂ ਸੀ ਪਹਿਲਾਂ ਜੰਗਲਾਂ ਹੁੰਦੇ ਸੀ ਜੰਗਲਾਂ 'ਚ ਹੁੰਦੀਆਂ ਸੀ ਜੜੀਆਂ ਉਹ ਖਾ ਲਾਂਦਾ ਸੀ ਜੀ ਅੱਜ ਕੱਲ ਕਿੱਲੇ ਤੇ ਪਸ਼ੂ ਬੰਦਰਾ ਜੀ ਹਾਂ ਹਰ ਇੱਕ ਚੀਜ਼ ਜਿਹੜਾ ਪੱਠਾ ਨੀਰਾ ਪਿੰਦਾ ਜ਼ਹਿਰ ਵਰਗੀ ਚੀਜ਼ੇ ਪੀ ਜਾਂਦੀ ਅਗਰ ਮਸਾਲਾ ਪੇ ਜਾਵੇ ਇਹਦੇ ਨਾਲ ਮਹਿੰਗਾ ਨਹੀਂ ਹੁੰਦਾ ਜੀ ਅੱਜ ਦੇ ਟਾਈਮ 'ਚ ਲੱਖ ਤੋਂ ਉੱਤੇ ਪਸ਼ੂ ਬਣਦਾ ਜੀ ਗਾਈਆਂ ਮੱਝਾਂ ਹਾਂ ਹਾਂ ਘੋੜੀਆਂ ਦਾ ਤਾਂ ਕੋਈ ਮੋਲੀ ਨਹੀਂ ਰਹਾ ਜੀ ਹਾਂ ਹਾਂ ਸਹੀ ਹੁਣ ਤਾਂ ਗਾਈਆਂ ਮੱਝਾਂ ਦਾ ਵੀ ਮੋਲ ਨਹੀਂ ਰਹਾ ਜੀ ਮੋਲ ਨਹੀਂ ਰਹਾ ਸਹੀ ਗੱਲ ਹੈ ਮੰਨ ਲੈ ਨਹੀਂ ਜਿਹੜੀ ਚੰਗੀ ਮੱਝ ਹੈਗੀ 10 ਲੱਖ 15 ਲੱਖ 8 ਲੱਖ 7 ਲੱਖ 5 ਲੱਖ ਨੂੰ ਵੀ ਕੀ ਜਾਂਦੀ ਹੈ ਚੰਗੀਆਂ ਮੱਝਾਂ ਦਾ ਵੀ ਇੰਵੇਂ ਵਿਕਦੀ ਹੈ ਅੱਛਾ ਜੀ ਤਾਂ ਇੱਕ ਸੁਭਾ ਖਰਾਬ ਹੋ ਜਾ ਕਿੰਨਾ ਨੁਕਸਾਨ ਹੈਗਾ ਜੀ ਹਾਂ ਇਹ ਇੱਕ ਥਣ ਖਰਾਬ ਹੋ ਜਾ ਕਿੰਨਾ ਨੁਕਸਾ ਨਗਾ ਪਸੂ ਪਿੱਛਾ ਦਿਖਾਣ ਲੱਗੇ ਆਦਾ ਮੋਲ ਦੇ ਜਾਂਦਾ ਜੀ ਹਾਂ ਤਾਂ ਇਹ ਚੀਜ਼ਾਂ ਪੀਣ ਗਏ ਇਸ ਤੱਕ ਕੋਈ ਵੀ ਰੋਗ ਨਹੀਂ ਲੱਗਣੇ ਦਿੰਦਾ ਮਤਲਬ ਕਹਿੰਦਾ ਇਹ ਆਪਣਾ ਪਸੂ ਕੀ ਸੇਫਟੀ ਹੈ ਇਹ ਨਹੀਂ ਅਗਭਾ ਸਾਡਾ ਪਸੂ ਤਾਂ ਠੀਕ ਹੈ ਆਪਾਂ ਕੀ ਕਰਨਾ ਪਾ ਕੇ ਚੰਗੇ ਪੱਲੇ ਨੂੰ ਵੀ ਪਾਣਾ ਚਾਹੀਦਾ ਠੀਕ ਹੈ ਭਾਵੇਂ ਤੀਜੇ ਦਿਨ ਪਾ ਦਿਓ ਪਾਓ ਜ਼ਰੂਰ ਅਭੀ ਇਹ ਨਹੀਂ ਹੈਗਾ ਵੀ ਤੁਸੀਂ ਰੋਜ਼ ਹੀ ਪਾਣਾ ਭਾਵੇਂ ਤੀਜੇ ਦਿਨ ਪਾ ਦੋ ਪਾਣਾ ਚਾਹੀਦਾ ਤੀਜੇ ਚੌਥੇ ਦਿਨ ਵੀ ਜਿਵੇਂ 50 ਗ੍ਰਾਮ ਸਵੇਰੇ ਜਾਂ ਸ਼ਾਮ ਨੂੰ ਐਵੇਂ ਪਾ ਦੋ ਹਾਂ ਜੀ ਹਾਂ ਜੀ ਲੇ ਵੀ ਮੇਤਰੋ ਮੇਰਾ ਜਿਹੜਾ ਮਕਸਦ ਹੈ ਨਾ ਕੋਈ ਐਡਵਰਟਾਈਜ਼ਮੈਂਟ ਨਹੀਂ ਪਰ ਜਿਹੜੀ ਗੱਲ ਮੈਂ ਤੁਹਾਨੂੰ ਦੱਸਦਾ ਨਾ ਇਹ 'ਚ ਨਾ ਜਿਵੇਂ ਬਾਈ ਨੇ ਜਿਹੜੀ ਵੀ ਚੀਜ਼ ਦੱਸੀਆ ਜਿਵੇਂ ਹਾਰਣਾ ਬਿਹੇੜੇ ਹੋ ਗਏ ਠਿੱਕਰੀ ਨਿਸ਼ਾਦਰ ਹੋ ਗਿਆ ਜੋਖ ਹਾਰ ਹੋ ਗਿਆ ਇਹ ਚੀਜ਼ਾਂ ਸਰੀਰ ਨੂੰ ਸਵਸਥ ਰੱਖਦੀਆਂ ਨੇ ਸੋ ਆਪ ਜਵੈਣ ਸਾਰੀ ਚੀਜ਼ਾਂ ਬੰਦਾ ਜਾਣਦਾ ਹਾਂ ਅੱਛਾ ਜੀ ਇਹ ਚੀਜ਼ਾਂ ਜਿਹੜੀ ਹੈਗੇ ਜੀ ਜਿਹੜਾ ਬੰਦਾ ਸੰਨ ਨੂੰ ਬੁਲਾਊਗਾ ਆਪਣੇ ਘਰੇ ਉੱਥੇ ਜਾ ਕੇ ਉਹਨਾਂ ਦਾ ਬਣਾ ਕੇ ਅੱਖਾਂ ਸਾਹਮਣੇ ਪੀ ਕੇ ਦੇਵਾਂਗੇ ਹਾਂ ਇੱਕ ਮੈਂ ਇੱਕ ਗੱਲ ਹੋਰ ਦੇਖੀ ਬਈ ਤੁਹਾਡੀ ਯਾਰ ਕੁਆਲਿਟੀ ਤੁਹਾਡੇ ਸਾਰੇ ਸਮਾਨ ਦੀ ਚੰਗੀ ਆ ਵੀਰੇ ਹਾਂਜੀ ਹਾਂਜੀ ਸਾਹਮਣੇ ਬਾਈ ਦਾ ਸਾਰਾ ਸਮਾਨ ਰੱਖਿਆ ਹੋਇਆ ਤੇ ਕੁਆਲਿਟੀ ਹਰ ਇੱਕ ਚੀਜ਼ ਦੀ ਸਾਫ਼ ਸੁਥਰੀ ਰੱਖੀ ਹੋਈ ਆ ਤੁਸੀਂ ਹਾਂਜੀ ਚਲਾ ਕੇ ਦਿਖਾ ਦਿੰਦੇ ਕਿਸ ਤਰ੍ਹਾਂ ਬਣਦਾ ਹਾਂ ਹਾਂ ਦਰਸ਼ਕਾਂ ਨੂੰ ਪਤਾ ਲੱਗ ਜਾਊਗਾ ਕਿ ਸੰਨ ਨੂੰ ਆਪਾਂ ਪਹਿਲੇ ਹੀ ਪੀਛ ਲਿਆ ਵੀਡੀਓ ਬਾਅਦ ਚ ਸਟਾਰਟ ਕਰੀ ਇਵੇਂ ਮਤਲਬ ਜਿਹੜੀ ਕੋਈ ਚੰਗੀ ਚੀਜ਼ ਲੱਗਦੀ ਹੈ ਨਾ ਉਹ ਤੁਹਾਡੇ ਨਾਲ ਆਪਾਂ ਸਾਂਝੀ ਤਾਂ ਕਰਦੇ ਹੁੰਨੇ ਆ ਵੀ ਚਲੋ ਕਿਸੇ ਤਰ੍ਹਾਂ ਦਾ ਹੋ ਸਕਦਾ ਵੀ ਭਲਾ ਹੋ ਜੇ ਇਹ ਸਾਰੀ ਚੀਜ਼ ਬਾਈ ਨੇ ਸਾਹਮਣੇ ਰੱਖੀ ਹੋਈ ਆ ਵਿਦ ਨੇਮ ਤੁਹਾਨੂੰ ਦੱਸਤਾ ਇਹ ਆਂਦਾ ਮਿਲ ਕੇ ਬਣਦਾ ਜੀ ਮਿਸਾਲ ਹਾਂ ਵੀ ਸਾਰੀਆਂ ਚੀਜ਼ਾਂ ਮਿਲਾ ਕੇ ਥੋੜੀਆਂ-ਥੋੜੀਆਂ ਵੀਰ ਬਣਾ ਆਂਦਾ ਇਹਦਾ ਕਾਰਨ ਇਹ ਹੁੰਦਾ ਵੀ ਦੇਖੋ ਜੜੀਆਂ ਬੂਟੀਆਂ ਨੇ ਦੇਸੀ ਇਹ ਜਿਹ ਤੱਤ ਤਾਂ ਹੈਗੇ ਆ ਜੋ ਸਰੀਰ ਨੂੰ ਚਾਹੀਦੇ ਹੁੰਦੇ ਆ ਲੋਹਿੰਦੇ ਤੱਤ ਜਿਵੇਂ ਲੀਵਰ ਸੈੱਟ ਰਹਿੰਦਾ ਕੂੜੇ ਦਾ ਆਪਾਂ ਬਾਈ ਦੱਸ ਰਹੇ ਸੀ ਵੀ ਲਿੱਦ ਚ ਪਾਣੀ ਮਾਰਦਿਆਂ ਨੇ ਕਈ ਘੋੜੀਆਂ ਜਾਂ ਕੈੜੀ ਲਿੱਦ ਕਰਦੇ ਨੇ ਉਹ ਸਾਰੀਆਂ ਚੀਜ਼ਾਂ ਦਾ ਹਾਜਮਾ ਵਗੈਰਾ ਠੀਕ ਰੱਖਦਾ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਨੇ ਹਰ ਰੋਜ਼ੇ ਪਾਉਣਾ ਦੂਜੇ ਤੀਜੇ ਦਿਨ ਚੌਥੇ ਦਿਨ ਤੁਸੀਂ ਪਾ ਸਕਦੇ ਹੋ ਜਦੋਂ ਤੁਹਾਨੂੰ ਜ਼ਰੂਰਤ ਲੱਗੇ ਤਾਂ ਉਸ ਹਿਸਾਬ ਨਾਲ ਵੀ 50 ਗ੍ਰਾਮ ਇਹਨੂੰ ਦਾਣੇ ਚ ਇੱਕ ਟਾਈਮ ਪਾਤਾ ਤੇ ਮੱਝਾਂ ਮੱਝਾਂ ਨਾਲ ਵੇ ਸੇਮ ਹੁੰਦਾ ਕੋਈ ਤਾਂ ਫਰਕ ਹੁੰਦਾ ਵੀਰੇ ਉਹ ਤਾਂ ਬਣਾਉਣ ਦਾ ਸਾਡਾ ਤਰੀਕਾ ਹੈਗਾ ਜੀ ਕੋੜੀਆਂ ਦਾ ਆਪਾਂ ਵੱਖਰਾ ਦਿੰਦੇ ਜਿਹੜੇ ਆਸਟ੍ਰੇਲੀਅਨ ਕੋੜੇ ਆ ਉਹਨਾਂ ਦਾ ਵੱਖਰਾ ਦਿੰਦੇ ਤੁਹਾਨੂੰ ਪਤਾ ਹੀ ਹੈਗਾ ਠੀਕ ਹੈ ਅੱਛਾ ਜੀ ਉਹ ਚੀਜ਼ਾਂ ਕਿਹੇ ਚੰਗੀਆਂ ਹੁੰਦੀਆਂ ਨੇ ਕਿਸੇ ਚੀਜ਼ ਵਾਸਤੇ ਇਹ ਗਰਮ ਠੰਡੀ ਦਾ ਹਿਸਾਬ ਹੁੰਦਾ ਜੀ ਹੋਰ ਕੁਝ ਨਹੀਂ ਹੈ ਅੱਛਾ ਉਸ ਹਿਸਾਬ ਨਾਲ ਜੀ ਮਸੂਲ ਨਾਲ ਪਸ਼ੂ ਹੈਗਾ ਉਸ ਹਿਸਾਬ ਨਾਲ ਬਿੰਦਾ ਜੀ ਪਾਣਾ ਪਿੰਦਾ ਜੀ ਲੇਵਾ ਚੱਡਾ ਵਧੀਆ ਬਣਦਾ ਗਾਈਆਂ ਮੱਜਾ ਦਾ ਠੀਕ ਹੈ ਅੱਛਾ ਜੀ ਲਵਾ ਕੋੜ ਤੋਂ ਤੇ ਪਾ ਹੜਾ ਪਾ ਇਹ ਪਾ ਲੋਈ ਮੈਟਰੋ ਇਹ ਤੁਹਾਨੂੰ ਐਗਜ਼ਾਮਪਲ ਦਿਖਾ ਦਾਂਗੇ ਇਸਦਾ ਯਾਰ ਜਿਹੜਾ ਹੁਣ ਘੋੜੀਆਂ ਵਾਸਤੇ ਮਸਾਲਾ ਬਣਾਉਨੇ ਸੀ ਆਪ ਵੀ ਉਹਨਾਂ ਨੂੰ ਜੀਵ ਤੇ ਲਾ ਕੇ ਚੱਟ ਲਾਣਾ ਹੈ ਕਈ ਵਾਰ ਇਹ ਬੰਦੇ ਦਾ ਦਰਦ ਪੀੜ ਗੇਸ ਕਬਾ ਇਤਜਾਬ ਖੱਟੇ ਮਿੱਟੇ ਡਕਾਰ ਉਲਟੀ ਲੱਗਦੀ ਬੰਦਾ ਹਜਮੀ ਰਹਿੰਦੀ ਹਾਂ ਬੰਦਾ ਖਾ ਸਕਦਾ ਇਹਨੂੰ ਲੱਗਦਾ ਹਾਂ ਇਹ ਸਾਰੇ ਜਿਹੜੇ ਘੋੜਿਆਂ ਦੇ ਘੋੜੀਆਂ ਦੇ ਪੋਟਾ ਭਰ ਰਿਓ ਕਚਰਾ ਵਾਲੀ ਹੋ ਰਿਓ ਪੋਟਾ ਕਿੰਨੀ ਹੈ ਭਰੀ ਹੋ ਹ ਸਾਨੂੰ ਜ਼ਰੂਰ ਸੰਪਰਕ ਕਰੇ ਠੀਕ ਹੈ ਆਪਾਂ ਉਹਦਾ ਇਲਾਜ ਕਰਾਂਗੇ ਮਸਾਲੇ ਤੋਂ ਵੱਖਰੀ ਦਵਾਈ ਇਹਨੇ ਠੀਕ ਹੈ ਬਾਈ ਹਾਂ ਕੋਈ ਘੋੜਾ ਕਿੰਦਾ ਹੋ ਰਾਜ ਹੀ ਨਹੀਂ ਹੁੰਦਾ ਘੋੜੀ ਰਾਜ ਹੀ ਨਹੀਂ ਹੁੰਦੀ ਆਪਾਂ ਉਹਦੇ ਵੀ ਫਲਾਵਾ ਟਵਸ ਤੇ ਸਾਈਨਿੰਗ ਵਾਸਤੇ ਗ੍ਰੋਥ ਵਾਸਤੇ ਅਲੱਗ ਦਿੰਦੇ ਬਣਾਗੇ ਠੀਕ ਹੈ ਬਾਈ ਲੈ ਵੀ ਵੀਰ ਹੁਣ ਆਪਾਂ ਨੂੰ ਮਸਾਲਾ ਬਣਾ ਕੇ ਦਿਖਾ ਦੂਗਾ ਇਹ ਲਾਈਵ ਇਜ਼ ਐਗਜ਼ਾਮਪਲ ਤੁਹਾਨੂੰ ਤਾਂ ਦੇ ਰਹੇ ਹਾਂ ਵੀ ਤੁਹਾਨੂੰ ਕੁਆਲਿਟੀ ਦਾ ਚੀਜ਼ ਦਾ ਜਿਹੜਾ ਉਹ ਪਤਾ ਚੱਲ ਜਾਊਗਾ ਇਹ ਸਾਰਾ ਗਾਰਡਮੈਂਟ ਵੀਰ ਨੇ ਨਾਲ ਹੀ ਰੱਖਿਆ ਹੋਇਆ ਗੱਡੀ ਦੇ ਵਿੱਚ ਐਸਾ ਸਾਰਾ ਰੱਖਿਆ ਹੋਇਆ ਹੈ ਮਗਰ ਹਿੜਕਾ ਵਗੈਰਾ ਕੱਢਦਾ ਚੋਂ ਹੋ ਉਹ ਹਰਾੜ ਦੀ ਗਿਟਕਾ ਜਲਦੀ ਥੋੜੀ ਬਹੁਤ ਅੱਛਾ ਅੱਛਾ ਹਾਂ ਇਹ ਜਿਹੜਾ ਮਸਾਲਾ ਹੈਗਾ ਵੀਰ ਜੀ ਇਹ ਪਾਣਾ ਜ਼ਰੂਰੀ ਚਾਹੀਦਾ ਠੀਕ ਹੈ ਜਿਹੜੇ ਪੁਰਾਣੇ ਸਲੋਤਰੇ ਹੈ ਨਹੀਂ ਰਾਜਾ ਮਹਾਰਾਜਾ ਦੇ ਟਾਈਮ ਦੇ ਗੁਰੂ ਮਹਾਰਾਜ ਦੇ ਟਾਈਮ ਦੇ ਉਹਨਾਂ ਜੇ ਵੀ ਸਾਫ਼ ਗੱਲ ਲਿਖੀ ਮਸਾਲਾ ਤੇ ਸਿਕਾਲਾ ਘੋੜੀਆਂ ਨੂੰ ਜ਼ਰੂਰੀ ਹੈ ਜੀ ਸਿਕਾਲਾ ਹੁੰਦਾ ਜੀ ਕਈ ਜਾਣਦੇ ਨਹੀਂ ਸਿਕਾਲਾ ਹੁੰਦਾ ਘੋੜੀ ਦੀ ਸ਼ਾਇਦ ਉਹ ਚਾਲ ਕਾੜਨਾ ਸਦਾਣਾ ਘੋੜੀ ਨੂੰ ਕਹਿੰਦੇ ਜੀ ਸ਼ਿਕਾਲਾ ਸ਼ਿਕਾਲਾ ਹਾਂ ਜੀ ਇਹ ਚੀਜ਼ ਬਣ ਜਾਂਦੀ ਜੀ ਹਾਂ ਆ ਦੇਖੋ ਵੀ ਹਾਂ ਜੀ ਕੁਆਲਟੀ ਚੈੱਕ ਕਰੋ ਨਾਲੇ ਖਾ ਕੇ ਦੇਖੋ ਹਾਂ ਅੱਛਾ ਜੀ ਬੰਦੇ ਦੇ ਦਰਦ ਪੀੜ ਗੇਸ਼ ਕਬਾ ਇਤਜਾਬ ਖੱਟ ਮਿੱਟ ਡਕਾਰ ਇਹ ਚੀਜ਼ ਬਣਨੀ ਐਨਾ ਮੁਠੀ ਪਾਈ ਜਾਓ ਜਿਹੜਾ ਦਾਣਾ ਪੇੜਾ ਪਾਉਂਦੇ ਉਹਦੇ ਵਿੱਚ ਮਿਲਾ ਕੇ ਦੇਈ ਜਾਓ ਘੋੜੀ ਕਦੀ ਬਿਮਾਰ ਨਹੀਂ ਹੋ ਸਕਦੀ ਘੋੜਾ ਕਦੀ ਬਿਮਾਰ ਨਹੀਂ ਹੋ ਸਕਦਾ ਹੂੰ ਇਹ ਇਸ ਤਰ੍ਹਾਂ ਦੀ ਚੀਜ਼ਾਂ ਹੈਗੇ ਤਾਕਤ ਵੀ ਦਿੰਦੀਆਂ ਨੇ ਹੂੰ ਸਵਸਤ ਰਹੂਗਾ ਆਪਣਾ ਜਾਨਵਰ ਇਹਦੇ ਨਾਲ ਬਿਲਕੁਲ ਸੈਟ ਰਹੂਗਾ ਜੀ ਠੀਕ ਆ ਭਾਈ ਲਓ ਭਾਈ ਤੁਹਾਨੂੰ ਅਸੀਂ ਦਿਖਾ ਵੀ ਦਿੱਤਾ ਮਸਾਲਾ ਬਣਾ ਕੇ ਜਿੰਨੀਆਂ ਚੀਜ਼ਾਂ ਮਸਾਲੇ ਚ ਵਰਤੀਆਂ ਜਾਂਦੀਆਂ ਨੇ ਉਹ ਬਿਲਕੁਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਪਈਆਂ ਨੇ ਸਾਰੀਆਂ ਠੀਕ ਹੈ ਨਾ ਤੇ ਬਾਈ ਨੂੰ ਸੰਪਰਕ ਕਰ ਲਿਓ ਸਵਾਦ ਲੈਣ ਵਾਲੇ ਵੀਰ ਬਣ ਕੇ ਫੋਨ ਨਾ ਕਰਿਓ ਕਿਉਂਕਿ ਕੰਮਕਾਰ ਵਾਲਾ ਬੰਦਾ ਇਹ ਹੈ ਤੇ ਇਸ ਕਰਕੇ ਮੇਰੇ ਕੋਲ ਆਇਆ ਭਰਾ ਮੈਂ ਦਾਣਾ ਆਹ ਬਣਵਾਇਆ ਮਸਾਲਾ ਵੀਰ ਤੋਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਈ ਕਿਉਂਕਿ ਕਈ ਭਾਈਆਂ ਦੇ ਫੋਨ ਆਈ ਜਾਂਦੇ ਹੁੰਦੇ ਆ ਜੋ ਚੀਜ਼ ਅਸੀਂ ਵਰਤਦੇ ਆਂ ਭਾਈ ਕਹਿੰਦਾ ਵੀ ਰੋਜ਼ ਵੀ ਇਹ ਨਹੀਂ ਹੈਗਾ ਵੀ ਮੁੱਠੀਆਂ ਭਰ ਕੇ ਪਾਉਣਾ ਆਪਾਂ ਨੇ ਵੀ ਤੀਜੇ ਚੌਥੇ ਦਿਨ ਦੂਜੇ ਦਿਨ ਜਦੋਂ ਤੁਹਾਨੂੰ ਜਿੰਨੀ ਕਿ ਜ਼ਰੂਰਤ ਲੱਗੇ ਹਨਾ ਵੀਰੇ ਉਹਨਾਂ ਪਾ ਸਕਦੇ ਆਪਾਂ ਬਿਲਕੁਲ ਬਿਲਕੁਲ ਠੀਕ ਆ ਭਾਈ ਜੀ ਲਓ ਵੀ ਮਿੱਤਰੋ ਵੀਡੀਓ ਸ਼ੇਅਰ ਕਰ ਦਿਓ ਦਬਕੇ ਆਪਣੇ ਯਾਰਾਂ ਦੋਸਤਾਂ ਨਾਲ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਵੀ ਜਰੂਰ ਦੱਸ ਦਿਓ ਸਾਰੇ ਦੋਸਤਾਂ ਦਾ ਧੰਨਵਾਦ ਵੀਡੀਓ ਦੇਖਣ ਵਾਸਤੇ